ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ ਦੇ ਵਿੱਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਸੋ ਇਸ ਵੀਡੀਓ ਦੇ ਵਿੱਚ ਆਪਾਂ ਕਿਸਾਨ ਵੀਰੋ ਗੱਲ ਕਰਾਂਗੇ ਮੱਕੀ ਦੀ ਪਕਾਵੀ ਫਸਲ ਜਿਹੜੇ ਕਿਸਾਨ ਵੀਰ ਲਾਉਂਦੇ ਆ ਚਾਹੇ ਉਹ ਆਪਣੀ ਫੀਡ ਪਸ਼ੂਆਂ ਦੀ ਫੀਡ ਤਿਆਰ ਕਰਨ ਵਾਸਤੇ ਜਿਹੜੀ ਪਕਾਵੀ ਮੱਕੀ ਲਾਉਂਦੇ ਆ ਚਾਹੇ ਆਪਣੀ ਘਰ ਦੀਆਂ ਵਰਤੋਂ ਵਾਸਤੇ ਜਾਂ ਥੋੜੀ ਬਹੁਤ ਜਿਹੜੀ ਹੈਗੇ ਕਈ ਕਿਸਾਨ ਵੀਰ ਆ ਜਿਹੜੇ ਉਹ ਵੇਚਣ ਵਾਸਤੇ ਵੀ ਜਿਹੜੇ ਹੈਗੇ ਆ ਮੱਕੀ ਲਾਉਂਦੇ ਹੈਗੇ ਆ ਸੋ ਕਿਸਾਨ ਵੀਰੋ ਜ਼ਿਆਦਾਤਰ ਜਿਹੜਾ ਹੈਗਾ ਹੁਣ ਝੋਨੇ ਦੀ ਜਿਵੇਂ ਲਵਾਈ ਹੋ ਰਹੀ ਹੈ ਜ਼ਿਆਦਾਤਰ ਕਿਸਾਨ ਵੀਰ ਹੈ ਜਿਹੜੇ ਮੱਕੀ ਨਹੀਂ ਬੀਜਦੇ ਜ਼ਿਆਦਾ ਰਕਬਾ ਨਹੀਂ ਲਾਉਂਦੇਗੇ ਪਰ ਇਸ ਵੀਡੀਓ ਦੇ ਜ਼ਰੀਏ ਮੈਂ ਤੁਹਾਨੂੰ ਸੁਨੇਹਾ ਦੇਣਾ ਚਾਹੁੰਦਾ ਕਿ ਆਪਾਂ ਨੂੰ ਘਰ ਦੀਆਂ ਵਰਤੋਂਾਂ ਲਈ ਪਲੱਸ ਜਿਹੜਾ ਹੈਗਾ ਹਰੇਕ ਕਿਸਾਨ ਵੀਰ ਹੈ ਜਿਹੜਾ ਉਹ ਖੇਤੀ ਕਰਦਾ ਉਹਦੇ ਕੋਲ ਪੰਜ ਸੱਤ ਪਸ਼ੂ ਵੀ ਹੁੰਦੇ ਹੈਗੇ ਤੇ ਫੀਡ ਆਪਾਂ ਜਿਹੜੀ ਹੈਗੀ ਆ ਮੋਲ ਲੈ ਲੈ ਕੇ ਪਾਉਂਦੇ ਹੈਗੇ ਆ ਆਪਾਂ ਹਰ ਇੱਕ ਚੀਜ਼ ਹੈ ਜਿਹੜੀ ਪਸ਼ੂਆਂ ਦੀ ਫੀਡ ਵਾਸਤੇ ਕਣਕ ਹੈ ਮੱਕੀ ਹੈ ਸਰੋਂ ਆ ਕਿਉਂਕਿ ਸਰੋਂ ਦੀ ਖਾਲ ਵੀ ਆਪਾਂ ਫੀਡ ਦੇ ਵਿੱਚ ਪਾ ਸਕਦੇ ਆ ਨਰਮਾ ਨਰਮੇ ਦੇ ਬੜੇਵੇਂ ਆਪਾਂ ਖਾਲ ਆਪਣੇ ਖਾਲ ਵਾਸਤੇ ਜਿਹੜਾ ਪਸ਼ੂਆਂ ਦੀ ਫੀਡ ਵਾਸਤੇ ਵਰਤ ਸਕਦੇ ਆ ਸੋ ਉਹਦੇ ਵਾਸਤੇ ਆਪਾਂ ਨੂੰ ਘਰਤੀਆਂ ਜ਼ਰੂਰਤਾਂ ਵਾਸਤੇ ਛੋੜੀਆਂ-ਛੋੜੀਆਂ ਇਹ ਫਸਲਾਂ ਲਾਉਣੀਆਂ ਚਾਹੀਦੀਆਂ ਜੇ ਹਰ ਇੱਕ ਕਿਸਾਨ ਵੀਰ ਆ ਜਿਹੜਾ ਉਹ ਮੱਕੀ ਦੀ ਫਸਲ ਆ ਪਕਾਵੀ ਅੱਧਾ ਏਕੜ ਤੋਂ 1 ਏਕੜ ਵੀ ਲਾਵੇ ਤਾਂ ਆਪਣੇ ਜਿਹੜਾ ਹੈਗਾ ਪੰਜਾਬ ਵਿੱਚ ਜਿਹੜਾ ਹੈਗਾ ਹਜ਼ਾਰਾਂ ਲੱਖਾਂ ਏਕੜ ਜਿਹੜਾ ਹੈਗਾ ਰਕਬਾ ਮੱਕੀ ਦੇ ਹੀਠ ਯਾਨੀ ਫਸਲੀ ਵਿਭਿੰਨਤਾ ਦੇ ਹੀਠ ਆ ਸਕਦਾ ਹੈ ਨਵੇਂ ਕਿਸਾਨ ਵੀਰ ਜਿਹੜੇ ਜੁੜੇ ਆ ਉਹਨਾਂ ਨੂੰ ਬੇਨਤੀ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣ ਤੇ ਬੈਲ ਵਾਲਾ ਬਟਨ ਦਬਾ ਲੈਣ ਤਾਂ ਕਿ ਜਿਹੜੀ ਹੈਗੀ ਨਵੀਂ-ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਰਹੇ ਜਿਹੜੀ ਕਿਸਾਨ ਜਿਹੜੀ 2000 ਰੁਪਿਆ ਵਿੱਤੀ ਸਹਾਇਤਾ ਦੀ ਮੈਂ ਵਿੱਚ ਗੱਲ ਕੀਤੀ ਹੈਗੀ ਆ ਕਿਸਾਨ ਵੀਰੋ ਜਿਹੜਾ ਮੂਰੇ ਹੈਡਿੰਗ ਦੇ ਵਿੱਚ ਲਿਖਿਆ ਸੀਗਾ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ ਜਿਹੜਾ ਹੈਗਾ 2000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੇ ਮੱਕੀ ਦੀ ਫਸਲ ਦੀ ਬਿਜਾਈ ਕਰਨਗੇ ਕਿਸਾਨ ਵੀਰ ਝੋਨੇ ਦੀ ਜਗ੍ਹਾ ਤੇ ਆ ਮੈਂ ਤਾਂ ਤੁਹਾਨੂੰ ਇਹ ਰਾਇ ਦੇ ਦਊਂਗਾ ਕਿਸਾਨ ਵੀਰੋ ਜਿਵੇਂ ਕਿਸੇ ਕਿਸਾਨ ਵੀਰ ਕੋਲ 10 ਏਕੜਾ ਜਾਂ 15 ਏਕੜਾ ਜਾਂ 20 ਏਕੜਾ ਕਿਉਂਕਿ ਪਸ਼ੂ ਹਰੇਕ ਕਿਸਾਨ ਵੀਰ ਨੇ ਰੱਖੇ ਹੋਏ ਆ ਤੇ ਸਿਆਲਾਂ ਦੇ ਵਿੱਚ ਆਪਾਂ ਮੱਕੀ ਦਾ ਆਟਾ ਵੀ ਜਿਹੜਾ ਹੈਗਾ ਘਰ ਦੀ ਜ਼ਰੂਰਤ ਵਾਸਤੇ ਆਪਾਂ ਜਰੂਰ ਵਰਤਦੇ ਹੈਗੇ ਆ ਜਾਂ ਆਪਣੇ ਰਿਸ਼ਤੇਦਾਰ ਕੋਈ ਸ਼ਹਿਰਾਂ 'ਚ ਰਹਿੰਦੇ ਉਹ ਵਰਤਦੇ ਹੋਣਗੇ ਸੋ ਅੱਧਾ ਏਕੜ 1 ਏਕੜ ਜਾਂ ਡੇਢ ਏਕੜ ਆਪਣੇ ਰਕਬੇ ਦੇ ਹਿਸਾਬ ਨਾਲ ਜੇ ਆਪਾਂ 1 ਏਕੜ ਵੀ ਮੱਕੀ ਲਾਈਏ ਤਾਂ ਉਹਦੇ ਵਿੱਚ ਆਪਣੀ ਨੁਕਸਾਨ ਵਾਲੀ ਕੋਈ ਗੱਲ ਨਹੀਂ ਇਸ ਤੇ ਜਿਹੜਾ 2000 ਰੁਪਈਆ ਜਿਹੜੀ ਵਿੱਤੀ ਸਹਾਇਤਾ ਵੀ ਮਿਲ ਰਹੀ ਹੈਗੀ ਆ ਸੋ ਕਿਸਾਨ ਵੀਰ ਉਹਦੇ ਵਾਸਤੇ ਜਿਵੇਂ ਬੀਜ ਖਰੀਦਦੇ ਆ ਜਾਂ ਖਾਦ ਖਰੀਦਦੇ ਆ ਜਾਂ ਇਨਪੁਟ ਜਿਹੜੀ ਵੀ ਕਿ ਲੈਂਦੇ ਉਹਦਾ ਬਿੱਲ ਪੱਕਾ ਜ਼ਰੂਰ ਲੈਣ ਵੱਧ ਜਾਣਕਾਰੀ ਲਈ ਜਾਂ ਤੁਸੀਂ ਆਪਦੇ ਨੇੜ ਦੇ ਬਲਾਕ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਜਾਂ ਜ਼ਿਲ੍ਹੇ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਜਾਂ ਆਪਣੇ ਸਰਕਲ ਦੇ ਖੇਤੀਬਾੜੀ ਦਫ਼ਤਰ ਦੇ ਵਿੱਚ ਖੇਤੀਬਾੜੀ ਅਧਿਕਾਰੀਆਂ ਨਾਲ ਸੰਪਰਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਇੱਕ ਕਿਸਾਨ ਵੀਰ ਆ ਜਿਹੜਾ ਉਹ 5 ਕਿਲੋ 5 ਏਕੜ ਜਿਹੜਾ ਹੈਗਾ ਰਕਵੇ ਮਗਰ ਜਿਹੜਾ ਹੈਗਾ ਮੱਕੀ ਦਾ ਵੀ ਸਬਸਿਡੀ ਤੇ ਲੈ ਸਕਦਾ ਅੱਗੇ ਮੈਂ ਵਿੱਚ ਇਹਦੇ ਫੋਟੋ ਵੀ ਪਾਈ ਹੈਗੀ ਆ ਜਿਹਦੇ ਵਿੱਚ ਕਿਹੜੀਆਂ-ਕਿਹੜੀਆਂ ਵੈਰਾਈਟੀਆਂ ਦੇ ਉੱਤੇ ਜਿਹੜੀ ਹੈਗੀ ਆ ਸਬਸਿਡੀ ਦਿੱਤੀ ਜਾ ਰਹੀ ਹੈ ਸਸਤਾ ਬੀਜ ਕਿਸਾਨ ਵੀਰਾਂ ਨੂੰ ਮਿਲ ਰਿਹਾ ਹੈਗਾ ਦੁਕਾਨਾਂ ਦੇ ਉੱਤੋਂ ਪੱਕਾ ਬੈਲ ਤੁਸੀਂ ਲੈ ਕੇ ਆਪਦੀਆਂ ਇਨਪੁਟਸ ਦਾ ਜਿਹਦੇ ਵਿੱਚ ਬੀ ਹੈ ਚਾਹੇ ਖਾਦਾਂ ਨੇ ਜਾਂ ਜਿਹੜੀ ਹੈਗੀ ਆਪਾਂ ਨਦੀਨ ਅਸ਼ਕ ਜ਼ਹਿਰ ਵਰਤ ਨਹੀਂ ਹੈਗੀ ਹੈ ਅੱਡ ਅੱਡ ਇਨਪੁਟਸ ਦੇ ਉੱਤੇ ਜਿਹੜੀ ਹੈਗੀ 2000 ਰੁਪਏ ਤੱਕ ਪ੍ਰਤੀ ਏਕੜ ਦੇ ਹਿਸਾਬ ਨਾਲ ਦਿੱਤੀ ਜਾਣੀ ਹੈ ਤੇ 2.5 ਕਿੱਲਿਆਂ ਮਗਰ 5000 ਰੁਪਏ ਜਿਹੜਾ ਹੈਗਾ ਕਿਸਾਨ ਵੀਰਾਂ ਨੂੰ ਮੱਕੀ ਦੀ ਪਕਾਵੀ ਫਸਲ ਬੀਜਣ ਵਾਸਤੇ ਜਿਹੜੀ ਹੈਗੀ ਹੈ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਹਾਈਤਾ ਦਿੱਤੀ ਜਾ ਰਹੀ ਹੈਗੀ ਹੈ ਸੋ ਕਿਸਾਨ ਵੀਰ ਆ ਜਿਹੜਾ ਇੱਕ ਇੱਕ ਡੇਡ ਡੇੜਾ ਰਕਬਾ ਦੋ ਦੋ ਏਕੜ ਰਕਬਾ ਜ਼ਰੂਰ ਵੀ ਜਣ ਹੁਣ ਥੋੜੀ ਬਹੁਤੀ ਜਾਣਕਾਰੀ ਮੈਂ ਤੁਹਾਨੂੰ ਮੱਕੀ ਦੇ ਬਾਰੇ ਜ਼ਰੂਰ ਦਵਾਂ ਕਿਸਾਨ ਵੀਰ ਜੂਨ ਦੇ ਆਖਰੀ ਹਫਤੇ ਤੱਕ ਅਖੀਰ ਜੂਨ ਤੱਕ ਜਿਹੜੀ ਮੱਕੀ ਦੀ ਬਿਜਾਈ ਆਪਾਂ ਨੂੰ ਕਰ ਦੇਣੀ ਚਾਹੀਦੀ ਜਿੰਨਾ ਵੀ ਆਪਾਂ ਰਕਬਾ ਲਾਉਣਾ ਹੈਗਾ ਜਿੱਥੇ ਕਿਤੇ بارشਾਂ ਦੇ ਨਾਲ ਜਿਹੜਾ ਫਸਲ ਦਾ ਨੁਕਸਾਨ ਹੋਣ ਦਾ ਡਰ ਉੱਥੇ ਆਪਾਂ ਬੈਡਾਂ ਦੇ ਉੱਤੇ ਜਿਹੜੀ ਹੈਗੀ ਮੱਕੀ ਦੀ ਬਿਜਾਈ ਕਰ ਸਕਦੇ ਹਾਂ ਬੈਡ ਪਲੈਂਟਰ ਦੇ ਨਾਲ 57.5 ਸੈਂਟੀਮੀਟਰ ਦਾ ਜਿਹੜਾ ਬੈਡ ਹੁੰਦਾ ਉਹ ਤੇ ਦੋ ਲਾਈਨਾਂ ਜਿਹੜੀਆਂ ਮੱਕੀ ਦੇ ਜਿਹੜੇ ਹੈ ਬੀਜ ਦੀਆਂ ਲੱਗ ਜਾਂਦੀਆਂ 8 ਤੋਂ 10 ਕਿਲੋ ਬੀਜ ਤੁਸੀਂ ਬਹੁਤ ਬਹੁਤ ਹੁੰਦਾ ਜਿਹੜਾ ਹੈਗਾ 1 ਏਕੜ ਵਾਸਤੇ ਆਪਾਂ 8 ਤੋਂ 10 ਕਿਲੋ ਬੀਜ ਜਿਹੜਾ ਹੈਗਾ ਪਕਾਵੀ ਮੱਕੀ ਦੀ ਫਸਲ ਵਾਸਤੇ ਲਾ ਸਕਦੇ ਹੈਗੇ ਆ ਜਦੋਂ ਬਜਾਈ ਕਰਨੀ ਬਜਾਈ ਕਰਨ ਸਾਰ ਕਿਸਾਨ ਵੀਰੋ ਜਿਹੜਾ ਨਦੀਨ ਨਾਸ਼ਕ ਦੀ ਸਪਰੇਅ ਕਰ ਦੇਣੀ ਚਾਹੀਦੀ ਜਾਂ ਨਦੀਨ ਨਾਸ਼ਕ ਕਿਹੜਾ ਆਪਾਂ ਵਰਤਣਾ ਹੈਗਾ ਮੱਕੀ ਦੀ ਬਜਾਈ ਤੋਂ 2 ਦਿਨ ਦੇ ਅੰਦਰ ਅੰਦਰ ਆਪਾਂ ਜਿਹੜਾ ਐਟਰਾਟਾਫ ਜਾਂ ਐਟਰਾਜੀਨ 50 ਡਬਲਯੂਪੀ 800 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਨਰਾ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਦੇ ਉੱਤੇ ਤੇ ਜੇ ਹਲਕੀ ਜ਼ਮੀਨਾਂ ਤਾਂ 500 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਐਟਰਾਜੀਨ ਦਵਾਈ ਦੀ ਆਪਾਂ ਸਪਰੇਅ ਕਰ ਦੇਣੀ ਹੈਗੀ ਉਹਦੇ ਨਾਲ ਜਿਹੜੀ ਨਦੀਨਾਂ ਦੀ ਆਪਾਂ ਨੂੰ ਸਮੱਸਿਆ ਨਹੀਂ ਆਉਂਦੀ ਜਿਹੜੀ ਕਿ ਜ਼ਿਆਦਾ ਮੱਖੀਆਂ ਦੇ ਵਿੱਚ ਆਉਂਦੀ ਹੈ ਖਾਦਾਂ ਦੀ ਵਰਤੇ ਹੁੰਦੇ ਵਿੱਚ ਕਿਸਾਨ ਵੀਰੋ ਆ ਅ 110 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਤਿੰਨ ਕਿਸ਼ਤਾਂ ਚ ਪਾਉਣੀ ਆ ਤੀਜਾ ਤੀਜਾ ਹਿੱਸਾ ਜਿਹੜਾ ਪਾਉਣਾ ਆਪਾਂ ਬਜਾਈ ਸਮੇ ਤੀਜਾ ਹਿੱਸਾ ਜਿਹੜਾ ਉਹ ਗੋਡੇ-ਗੋਡੇ ਜਿਹੜੀ ਹੈਗੀ ਮੱਕੀ ਦੀ ਫਸਲ ਹੋ ਜੇ ਤੇ ਤੀਜਾ ਹਿੱਸਾ ਜਦੋਂ ਸੂਤ ਕੱਤਣ ਲੱਗ ਪਵੇ ਜਿਹੜੀ ਹੈਗੀ ਆ ਫਾਸਫੋਰਸ ਤੇ ਪੋਟਾਸ਼ ਆ ਉਹ ਜਿਹੜੇ ਮਿੱਟੀ ਟੈਸਟ ਦੇ ਹਿਸਾਬ ਨਾਲ ਪਾਓ ਫਾਸਫੋਰਸ ਖਾਜੇ ਤੁਸੀਂ ਪਾਉਣੀ ਚਾਹਣੇ ਆ ਸਿੰਗਲ ਸੁਪਰ ਫਾਸਫੇਟ ਆ ਜਿਹੜੇ ਹੀ ਉਹ ਤਿੰਨ ਗੱਟੇ ਜਿਹੜੇ ਹੈਗੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਪोटाश ਆ ਜਿਹੜੀ 20 ਕਿਲੋ ਪ੍ਰਤੀ ਏਕੜ ਦੇ حساب ਨਾਲ 60% ਜਿਹੜੀ ਮਿਊਰੋਟਾ ਪोटाश ਮਿਲਦੀ ਹੈ ਉਹ ਤੁਸੀਂ ਪਾ ਸਕਦੇ ਹੈਗੇ ਆ। ਤੇ ਇੱਕ ਕਿਸਾਨ ਵੀਰੋ ਜਿਹੜਾ ਹੈਗਾ ਮੱਕੀ ਦੀ ਫਸਲ ਵਿੱਚ ਜ਼ਿੰਕ ਦੀ ਬੜੀ ਘਾਟ ਆਉਂਦੀ ਹੈ ਜ ਜਿਹਦੇ ਵਿੱਚ ਜਿਹੜੇ ਹੈ ਕਿ ਚਿੱਟੇ ਪੱਤੇ ਜਿਹੜੇ ਹੈਗੇ ਆ ਹੋ ਜਾਂਦੇ ਹੈਗੇ ਆ ਉਤੋਂ ਜਿਹੜੀਆਂ ਹੈਗੀਆਂ ਬੂਟੇ ਦੇ ਉੱਪਰੋਂ ਦੂਜੇ ਤੀਜੇ ਪੱਤੇ ਦੇ ਮੋਢ ਵੱਲੋਂ ਜਿਹੜਾ ਹੈਗਾ ਸਫੈਦ ਜਾਂ ਹਲਕਾ ਪੀਲੀ ਪੱਟੀ ਨੂੰ ਮੱਧਾ ਪੈ ਜਾਂਦਾ ਉਹਦੇ ਵਾਸਤੇ ਜਿਹੜਾ ਹੈਗਾ ਤੁਸੀਂ ਜ਼ਿੰਕ ਦੀ ਜਾਂ ਤਾਂ ਸਪਰੇਅ ਕਰ ਸਕਦੇ ਹੋ ਜਾਂ ਜਿਹੜੀ 10 ਕਿਲੋ ਜ਼ਿੰਕ ਹੈ 21% ਨੂੰ ਮਿੱਟੀ ਦੇ ਵਿੱਚ ਮਿਕਸ ਕਰਕੇ ਛਿੱਟਾ ਦੇ ਕੇ ਜਿਹੜਾ ਹੈਗਾ ਉਸ ਤੋਂ ਬਾਅਦ ਜਦੋਂ ਮੱਕੀ ਦੀ ਫਸਲ ਦੇ ਵਿੱਚ ਘਾਟ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਜਿਹੜੀ 10 ਕਿਲੋ 21% ਜ਼ਿੰਕ ਸਲ ਮਿਕਸ ਕਰਕੇ ਛੱਟਾ ਦੇ ਕੇ ਉਸ ਤੋਂ ਬਾਅਦ ਜਿਹੜਾ ਪਾਣੀ ਲਾ ਦਿਓ ਉਹਦੇ ਨਾਲ ਜਿਹੜਾ ਘਾਟ ਆ ਪੂਰੀ ਹੋ ਜੂਗੀ ਤੇ ਮੱਕੀ ਦੀ ਫਸਲ ਦਾ ਜਿਹੜਾ ਵਾਧਾ ਵਧੀਆ ਆਊਗਾ ਆ ਜਿਹੜੀ ਕਿਸਾਨ ਵੀਰੋ ਫੋਟੋ ਦਿਖਾਈਏ ਇਹਦੇ ਵਿੱਚ ਵੈਰਾਈਟੀਆਂ ਦੱਸੀਆਂ ਕਿਹੜੀਆਂ ਕਿਹੜੀਆਂ ਜਿਵੇਂ ਪੀਯੂਐਲਓ ਪੀਐਮ ਵਿੱਚ 1 ਕਿਸਮ ਹੈ ਇਹਦੀ ਜਿਹੜੀ 180 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਕਿਸਾਨ ਵੀਰਾਂ ਨੂੰ ਮਿਲੂਗੀ ਉਸ ਤੋਂ ਇਲਾਵਾ ਜਣੀਆਂ ਹੋਰ ਕੰਪਨੀਆਂ ਵਿੱਚ ਕ੍ਰਿਸਟਲ ਕ੍ਰੌਪ ਲਿਮਟਿਡ ਹੈ ਪ੍ਰੋਲਾਈਨ ਸੀਡਸ ਹੈ ਪ੍ਰਭਾਤ ਐਗਰੀ ਬਾਇਓਟੈਕ ਹੈ ਡੀਸੀਐਮ ਸ਼ਰੀਰਾਮ ਹੈ ਯੂਪੀਐਲ ਐਡਵਾਂਟੇਜ ਯਗਯੰਤੀ ਸੀਡਸ ਬਿਸਕੋ ਬਾਇਓ ਸਾਇੰਸਿਸ ਮਨਸੈਂਟੋ ਸੰਜੈਂਟਾ ਪਾਇਨੀਅਰ ਆਦ ਜਿਹੜੀਆਂ ਇਹਨਾਂ ਕੰਪਨੀਆਂ ਦੇ ਜਿਹੜੇ ਹੈਗੇ ਆ ਬੀਜ ਆਪਾਂ ਨੂੰ ਸਬਸਿਡੀ ਤੇ ਮਿਲ ਰਿਹਾ ਉਹਦੇ ਸਾਹਮਣੇ ਰੇਟ ਲਿਖਿਆ ਜਿਹੜੇ ਰੇਟ ਤੇ ਕਿਸਾਨ ਵੀਰਾਂ ਨੂੰ ਜਿਹੜਾ ਇਹ ਬੀਜ ਮਿਲਣਾ ਹੈ ਇਸ ਤੋਂ ਇਲਾਵਾ ਹੋਰ ਜਿਹੜੀਆਂ ਇਨਪੁਟਸ ਤੁਸੀਂ ਵਰਤਣੀਆਂ ਪਹਿਲਾਂ ਵੀ ਤੁਹਾਨੂੰ ਦੱਸਿਆ ਜਿਹੜਾ ਨਦੀਨਾਸ਼ਕ ਜ਼ਹਿਰ ਜਾਂ ਕੀਟਨਾਸ਼ਕ ਜ਼ਹਿਰ ਜਾਂ ਜਿਹੜੀ ਹੈਗੀ ਰੇ ਤੁਸੀਂ ਖਾਦ ਵਰਤਣੀ ਹੈਗੀ ਆ ਉਹਦਾ ਪੱਕਾ ਬਿਲ ਲਓ ਤੇ ਉਹਦੇ ਉੱਤੇ ਤੁਹਾਨੂੰ ਜਿਹੜੀ ਹੈਗੀ ਆ 2000 ਰੁਪਏ ਪ੍ਰਤੀ ਏਕੜ ਤੱਕ 30% ਮਿਲੂਗਾ ਕਿਸਾਨ ਵੀਰਾਂ ਨੂੰ ਬੇਨਤੀ ਹੈ ਇੱਕ ਇੱਕ 2-2 ਏਕੜ ਜਿਹੜਾ ਹੈਗਾ ਮੱਕੀ ਦੀ ਫਸਲ ਦੀ ਜਰੂਰ ਬਿਜਾਈ ਕਰੋ ਫਸਲੀ ਵਿਪੰਤਾ ਜੀ ਹਿੱਸਾ ਪਾਓ ਤੇ ਆਪਣੀਆਂ ਘਰ ਦੀਆਂ ਜ਼ਰੂਰਤਾਂ ਜਿਵੇਂ ਫੀਡ ਮਹਿੰਗੀ ਆਪਾਂ ਪਸ਼ੂਆਂ ਵਾਸਤੇ ਲੈਣੇ ਆ ਜਾਂ ਘਰ ਵਾਸਤੇ ਜਿਹੜਾ ਮੱਕੀ ਦਾ ਆਟਾ ਆਪਾਂ ਵਰਤਦੇ ਆ ਉਹ ਆਪਾਂ ਘਰੋਂ ਹੀ ਜਿਹੜ ਹੋਰ ਤੁਹਾਡਾ ਸਵਾਲ ਜਾਂ ਕਮੈਂਟ ਹੋਵੇ ਥੱਲੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਤਾਂ ਤੁਹਾਡਾ ਜਵਾਬ ਦੇਣ ਦੀ ਮੈਂ ਜਰੂਰ ਕੋਸ਼ਿਸ਼ ਕਰਾਂਗਾ ਵੀਡੀਓ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਕਿਸਾਨ ਵੀਰੋ ਤੁਹਾਡਾ ਬਹੁਤ ਬਹੁਤ ਧੰਨਵਾਦ